ਅੱਜ ਸ਼ੁੱਧ ਹੈ, ਅੱਜ ਕਹਿੰਦੇ ਮੇਲਾ ਭਲਵਾਨਾ ਵਾ, ਬਾਕੀ ਕਹਿੰਦੇ ਦੁਨੀਆਂ ਦੇ ਵਿੱਚ ਧੁੱਪ ਹੈ, ਅੱਜ ਕਹਿੰਦੇ ਸਹਿਜੋ ਮਾਜਰੇ ਬਣਦੀ ਕਿ ਸਹਿਜੋ ਮਾਜਰੇ ਬਣਦੇ ਮੁੰਡੇ ਵੇਖ ਲਓ ਮੁੰਡੇ ਸ਼ੌਕ ਬਗਾਉਂਦੇ ਨੇ, ਦਸਾਂ ਨਹਾਂ ਦੀ ਕਿਰਤ ਨੇ ਕਰਦੇ, ਖੇਡਾਂ ਉੱਤੇ ਲਾਉਂਦੇ ਨੇ ਕਿ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟਕਾ ਕੇ ਕਿ ਰਾਜੇ ਖੇਲੇ ਸੱਜੇ ਸੱਜਣ ਮਿਲਦੀ ਜੱਫੀਆਂ ਪਾ ਕੇ ਪਾਣੀ ਗਰਾਊਂਡ ਵਿੱਚ ਖਾਣੇ ਦੇ ਵਿੱਚ ਜ਼ਰੂਰ ਪਾਤਾ ਕੀਤਾ ਜਾਵੇ। ਹਾਂਜੀ, ਪੀਣ ਵਾਲਾ ਪਾਣੀ ਜ਼ਰੂਰ ਖਾਣੇ ਵਿੱਚ ਪਾਤਾ ਕੀਤਾ ਜਾਵੇ। ਤੇਰਾਂ ਮਿੰਟ ਹੋ ਚੁੱਕਿਆ, ਅਜੇ ਤੱਕ ਐਨ ਜ਼ੋਰ ਜਿਹੜਾ ਲੱਗਿਆ ਪਿਆ ਪਹਿਲਵਾਨਾਂ ਦਾ, ਬਾਕੀ ਕਿਹਨੇ ਜਿੱਤਣਾ ਰਾੜਾ ਸਾਰਾ ਮੋਟਰਸਾਈਕਲ ਦਾ ਮੇਰੀ ਵੀਰ, ਮੋਟਰਸਾਈਕਲ ਦੇ ਫੈਸਲੇ ਹੈ ਵੀ ਕੌਣ ਜਿੱਤ ਗਿਆ, ਬਾਕੀ ਜਿਹੜਾ ਜਿੱਤ ਗਿਆ ਉਹਦੀ ਬੱਲੇ ਬੱਲੇ ਹੈ, ਬਾਕੀ ਨਾਂ ਜਿਹੜਾ ਵੱਖਰਾ ਬਣਨਾ ਮੇਰੀ ਵੀਰ। ਟਾਈਮ ਕਿੰਨਾ ਦਿੱਤਾ, ਟਾਈਮ ਕਿੰਨਾ ਟਾਈਮ ਦਿੱਤਾ ਉਹ ਵੀ ਦੱਸ ਦੇ। 14 ਮਿੰਟ ਮੰਗੇ ਜੀ, ਟਾਈਮ ਕਿੰਨਾ ਦਿੱਤਾ ਹੋਰ ਦਿਨਾਂ ਦਾ। ਛੇ ਮਿੰਟ ਬਾਕੀ ਹੈ ਜੀ, 6 ਮਿੰਟ 20 ਮਿੰਟ ਦਾ ਟਾਈਮ ਦਿੱਤਾ, 6 ਮਿੰਟ ਜਿਹੜੇ ਬਾਕੀ ਹੈ ਲਾ ਹੁਣ, 6 ਮਿੰਟ ਜਿਹੜੇ ਦਿੱਤੇ ਗਏ ਆ ਬਾਕੀ ਆ 6 ਮਿੰਟਾਂ ਚ ਨਾ ਜਿੱਤਾਂ ਰਹਾਉਣੀਆਂ ਮੇਰੀ ਵੀਰੋ। ਕੌਣ ਜਿੱਤਦਾ ਕੌਣ ਹਾਰਦਾ, ਦੁਨੀਆਂ ਕਹਿੰਦੇ ਟੇਕੇ ਖੜ ਗਈ ਹੈ ਵੀ ਕੌਣ ਜਿੱਤੂਗਾ, ਕਈਆਂ ਨੇ ਸ਼ਰਤਾਂ ਲਾ ਲਈਆਂ ਵੀ ਗੋਲਡ ਹੀ ਜਿੱਤੇ ਸਵਾਦ ਵੱਖਰਾ, ਤੇ ਕੋਈ ਕਹੀ ਜਾਂਦਾ ਵੀ ਹਰਮਨ ਕੋਲ ਤਾਂ ਤੇਜ ਵੱਖਰੇ ਆ, ਆਲਮਗੀਰ ਵਾਲੇ ਕਹਿੰਦੇ ਹਰਮਨ ਕੋਲ ਜਿਹੜੇ 6 ਮਿੰਟ ਬਾਕੀ ਹੈ ਮੇਰੇ ਵੀਰੋ, 6 ਮਿੰਟ ਜਿਹੜੇ ਵੱਜਦੇ ਆ, 6 ਮਿੰਟ 6 ਮਿੰਟ ਬਾਕੀ ਹੈ, 6 ਮਿੰਟ ਜਿਹੜੇ ਆ ਕੁਸ਼ਤੀ ਦੇ ਵੱਜਦੇ ਮੇਰੀ ਵੀਰੋ। ਬਾਈ ਥੋੜਾ ਘੁੰਮ ਫਿਰ ਕੇ ਦਰਸ਼ਕ ਹੱਲੇ ਹੁਲਾਰੇ ਦੇ ਵਿੱਚ ਥੋੜਾ ਘੁੰਮ ਫਿਰ ਕੇ ਜਿਹੜੇ ਗਰਾਊਂਡ ਵਿੱਚ ਖੜੇ ਆ ਉਹ ਥੋੜਾ ਘੁੰਮ ਫਿਰ ਕੇ ਮੇਲਾ ਵੇਖ ਲੈਣ, ਜ਼ਰੂਰ ਬੇਨਤੀ ਹੈ ਸਾਡੀ, ਲਓ ਘੁੰਮ ਕੇ ਥੋੜਾ ਘੁੰਮ ਫਿਰ ਕੇ, ਕਿਉਂਕਿ ਦਰਸ਼ਕ ਆਏ ਆ, ਜੇ ਇਹ ਨਾ ਖੁਸ਼ ਹੋਏ ਨਾ ਫਿਰ ਫਾਇਦਾ ਕੋਈ ਨਹੀਂ ਸਿੰਘ ਦਾ, ਬਾਕੀ ਦਰਸ਼ਕਾਂ ਦੇ ਲਈ ਹੈ। ਦਰਸ਼ਕ ਕਹਿੰਦੇ ਜਿਹੜੇ ਐਨ ਆ ਕੁਸ਼ਤੀ ਦਾ ਨਜ਼ਾਰਾ ਲੈ ਰਹੇ ਆ, ਥੋੜਾ ਟਾਈਮ ਵੱਜਦਾ ਲੈ ਵੀ ਹਰਮਨ ਸਿਆ ਸਵਾਦ ਕੁਝ ਵੱਖਰਾ, ਜੇ ਕਰੇ ਇੱਥੇ ਤੇ ਗੱਲਾਂ ਦੁਨੀਆਂ ਨੇ ਸਿਰੇ ਲਾਉਣੀਆਂ। ਪਹਿਲੀ ਝੱਡੀ ਦੇ ਵਿੱਚ ਕਹਿੰਦੇ ਮੇਜਰ ਨੇ ਬੱਲੇ ਬੱਲੇ ਕਰਵਾਈ, ਆ ਝੱਡੀ ਦੇ ਵਿੱਚ ਸਮਾਂ ਦੱਸੂਗਾ, ਮੇਜਰ ਨੇ ਵੀ ਕਹਿੰਦੇ 2 ਮਿੰਟ ਲੈ ਕੇ ਐਕਸਟਰਾ, ਕਹਿੰਦੇ ਐਨ ਝੱਡੀ ਦੀ ਕੁਸ਼ਤੀ ਜਿਹੜੀ ਆਰ ਪਾਰ ਦੀ ਕਰਨੀ ਸੀ, ਗੱਲਾਂ ਕਹਿੰਦੇ ਵੱਖਰੀਆਂ ਮੇਰੇ ਵੀਰੋ। ਆ ਵੀ ਕੁਸ਼ਤੀ ਹੁਣ ਸਮੇਂ ਦੇ ਫੈਸਲੇ ਆ, ਇੱਕ ਪਾਸੇ ਨਾਜਨ ਦੇਖਾਂਗੇ ਗੋਲਡੀ ਆ, ਗੋਲਡੀ ਹੇਠਾਂ ਉੱਪਰ ਕਹਿੰਦੇ ਨਾਜਨ ਹਰਮਨ ਹੈ ਮੇਰੇ ਵੀਰੋ, ਇਸ ਵੇਲੇ ਲਾਲ ਰੰਗ ਦੀ ਜਿਹੜੀ ਨੀਕਰ ਹੈ ਇਹ ਹੈ ਕਹਿੰਦੇ ਹਰਮਨ ਨਾਜਨ ਆਰਮੀ ਗਿਰ ਸਾਹਿਬ ਦੀ ਧਰਤੀ ਦਾ। ਬਾਈ ਜਿਹਨੂੰ ਜਿਹਨੂੰ ਸਵਾਦ ਆਉਂਦਾ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਇਹਨਾਂ ਭਲਵਾਨਾਂ ਦੇ ਲਈ, ਬਾਕੀ ਜਿੱਤ ਆਰ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਮੇਰੇ ਵੀਰੋ। ਅੱਜ ਬਾਕੀ ਸਵਾਦ ਵੱਖਰਾ ਹੈ, ਪੀ ਥੋੜਾ ਪਰੇ ਹੋ ਜਾ, ਲੋਕਾਂ ਨੂੰ ਸਵਾਦ ਆਉਣ ਲੱਗ ਗਿਆ, ਰੌਲਾ ਰੱਪਾ ਪੈ ਗਿਆ, ਥੋੜਾ ਟਾਈਮ ਬਾਕੀ ਆ, ਓਏ ਗੋਲਡੀ ਕੁਝ ਨਾ ਕੁਝ ਪੱਕਾ ਕਰਨਾ ਹੀ ਪੈਣਾ, ਬਾਕੀ ਕਹਿੰਦੇ ਕੋਈ ਨਾ ਕੋਈ ਤਾਂ ਮਾਰਨਾ ਪੈਣਾ। ਪਿੰਡ ਵਾਲੇ ਤਾਂ ਬਾਹਰ ਆ ਜਾਓ, ਸਾਰੇ ਪਿੰਡ ਵਾਲੇ ਬਾਹਰ ਆ ਜਾਓ, ਬਾਈ ਪਿੰਡ ਵਾਲੇ ਬਾਕੀ ਸਾਰੇ ਬਾਹਰ ਆ ਜਾਓ, ਪਿੰਡ ਵਾਲੇ ਰਿਕੁਐਸਟ ਆ ਜੀ ਸਾਡੀ, ਆ ਜਾਓ ਆ ਜਿਹੜੇ ਬੈਠੇ ਹੋ ਯਾਰ, ਤੁਸੀਂ ਵੀ ਆ ਜਾਓ ਯਾਰ, ਉਹ ਮਗਰ ਰੌਲਾ ਪਾਉਂਦੇ ਆ ਤੁਹਾਡੇ ਖੜੇ। ਬਾਕੀ ਦਰਸ਼ਕਾਂ ਨੂੰ ਸਵਾਦ ਆਉਣਾ ਸ਼ੁਰੂ ਹੋ ਗਿਆ ਮੇਰੀ ਵੀਰੋ, ਲਓ ਦੇਖੋ ਸਮੇਂ ਦੀ ਗੱਲ ਸਫਲ
ਬੁਲਾਇਆ ਸਾਰੀ ਸਾਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਿੱਕੀ ਟੈਲੀਕਾਮ ਉਹਨਾਂ ਵੱਲੋਂ ਵੱਡੇ ਮਾਨ ਜਿਹੜੇ ਪੰਜਾਬੀ ਮਾਂ ਬੋਲੀ ਤੋਂ ਖੁਸ਼ ਹੋ ਕੇ ਸਾਡੇ ਲਈ ਵੀ ਆਇਆ। ਬਾਈ ਆਪਣਾ 700 ਰੁਪਇਆ ਪ੍ਰਾਪਤ ਕਰ ਲਵੇ। ਆਸੂ ਸਹਿਜੋ ਮਾਇਰਾ ਮੋਟਰਸਾਈਕਲ ਦਿੱਤਾ ਜਾ ਰਿਹਾ ਬਾਈ, ਇੱਕ ਜ਼ੋਰਦਾਰ ਤਾੜੀ ਮਾਰ ਦਿਓ ਹਰਮਨ ਦੇ ਲਈ, ਧੰਨਵਾਦ ਹੈ। ਮੇਜਰ ਨੇ ਵੀ ਕਹਿੰਦੇ ਮੇਲਾ ਹੀ ਲੁੱਟਿਆ, ਦੋਵਾਂ ਝੰਡੀਆਂ ਨੂੰ ਮੋਟਰਸਾਈਕਲ ਸੀ, ਲੀਲਾ ਵਾਲਾ ਮੇਜਰ ਉਹ ਵੀ ਆਪਣਾ ਮੋਟਰਸਾਈਕਲ ਜਿਹੜਾ ਉਹ ਪ੍ਰਾਪਤ ਕਰੂ, ਆਪਣਾ ਨਾਮ ਜ਼ਰੂਰ ਪ੍ਰਾਪਤ ਕਰੂਗਾ ਸਾਡਾ ਵੀਰ। ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ, ਪੰਜਾਬੀ ਲਾਈਵ ਟੀਵੀ ਵਾਲਿਆਂ ਦਾ, ਬਾਡੀ ਡਿਜੀਟਲ ਸਟੂਡੀਓ ਕੇਬਲ ਵਾਲੇ ਸਾਰੇ ਭਰਾ ਸ਼ਾਇਦ ਕੇਬਲ 130 ਨੰਬਰ ਚੈਨਲ ਕੱਲ੍ਹ ਨੂੰ ਲਾਈਵ ਟੈਲੀਕਾਸਟ ਕੀਤਾ ਜਾਊਗਾ। ਵੱਡਾ ਧੰਨਵਾਦ ਵਿੱਕੀ ਟਾਕਰਾ, ਹੈਪੀ ਟਾਕਰਾ, ਪੀਟੀ ਜਾਨਸ਼ਾਹ ਬੱਗੀ। ਬਾਕੀ ਕਹਿੰਦੇ ਕਈਆਂ ਨੇ ਕਮੈਂਟ ਕਰਨੇ ਆ ਵੀ ਮੁਬਾਰਕ ਹੋ ਗਈ ਹੈ, ਪਾਰਟੀ ਹੋ ਗਈ ਹੈ। ਬਾਕੀ ਸਮੇਂ ਦੀ ਗੱਲ ਹੈ, ਅੱਜ ਦਾ ਮੇਲਾ ਸਮਾਪਤੀ ਦੇ ਵੱਲ ਹੈ। ਸਾਰੇ ਵੀਰਾਂ ਦਾ ਧੰਨਵਾਦ ਹੈ, ਜਿੰਨੇ ਵੀ ਦਰਸ਼ਕ ਵੀਰ ਆਏ ਹੈ, ਸਾਰੀ ਵੈਲਫੇਅਰ ਕਲੱਬ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਓਕੇ ਜੀ, ਇੱਕ ਜ਼ੋਰਦਾਰ ਤਾੜੀ ਮਾਰ ਦਿਓ ਸਾਰੇ ਭਲਵਾਨਾਂ ਦੇ ਲਈ। ਹਰ ਇੱਕ ਸਾਲ ਦੀ ਤਰ੍ਹਾਂ ਕਹਿੰਦੇ ਵੱਡਾ ਮੇਲਾ ਜਿਹੜਾ ਗੁੱਗਾ ਜੈਰਵੀਰ ਸਪੋਰਟਸ ਕਲੱਬ ਦੀ, ਸਾਰੀ ਵੈਲਫੇਅਰ ਕਲੱਬ ਇਸੇ ਤਰ੍ਹਾਂ ਮੇਲਾ ਕਰਵਾਉਂਦਾ।